ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਭਾਗ ਪਹਿਲੇ ਦੇ ਵਿੱਚੋਂ ਜਿਹੜੇ ਅਸੀਂ ਲੈਸਨ ਨੰਬਰ 3 ਕਰ ਲਏ ਨੇ ਜਿਸਾਂ ਕਿ ਸ਼ੇਖ ਫਰੀਦ ਜੀ ਕਰ ਲਏ ਨੇ ਵਜੀਦ ਜੀ ਕਰ ਲਏ ਤੇ ਸਾਹ ਹੁਸੈਨ ਇਹਨਾਂ ਸਾਰਿਆਂ ਤੇ ਜਿਹੜੇ ਸ਼ਲੋਕ ਨੇ ਤੇ ਉਹਨਾਂ ਦੇ ਅਸੀਂ ਅੱਜ ਕਰਾਂਗੇ ਵਸਤੂਨਿਸ਼ਟ ਕਵੈਸ਼ਨ ਜਿਸ ਤਰ੍ਹਾਂ ਸਾਡਾ ਪਹਿਲਾ ਹੈਗਾ ਪਾਠ ਸ਼ੇਖ ਫਰੀਦ ਜੀ ਦੇ ਸ਼ਲੋਕ ਇਹਦੇ ਵਿੱਚ ਹੈਗਾ ਦਿਲ ਹੂ ਮੁਹੱਬਤ ਜਿਨ ਸੋਈ ਸਚਿਆ ਤੇ ਇਹਦੇ ਵਿੱਚ ਪ੍ਰਸ਼ਨ ਨੰਬਰ 1 ਹੈ ਵਸਤੂਨਿਸ਼ਟ ਵਿੱਚ ਕਹਿੰਦੇ ਨੇ ਕਿ ਸੇਖ ਫਰੀਦ ਜੀ ਦਿਲੋਂ ਮੁਹੱਬਤ ਜਿਨ ਸੋਈ ਸਚਿਆ ਸ਼ਲੋਕ ਵਿੱਚ ਪਰਮਾਤਮਾ ਤੋਂ ਖੈਰ ਵਿੱਚ ਕੀ ਮੰਗਦੇ ਹਨ ਹਾਡਾ ਉੱਤਰ ਹੈ ਬੰਦਗੀ ਦੀ ਕਿਹੜੀ ਖੈਰ ਮੰਗਦੇ ਨੇ ਬੰਦਗੀ ਦੀ ਖੈਰ ਮੰਗਦੇ ਨੇ ਅੱਗੇ ਗਿਆ ਸੇਖ ਫਰੀਦ ਜੀ ਦੇ ਸ਼ਲੋਕ ਅਨੁਸਾਰ ਜਿਉਂਦੇ ਮਨੁੱਖਾਂ ਦੇ ਪੈਰਾਂ ਹੇਠ ਅਤੇ ਮਨੁੱਖ ਦੇ ਮਰਨ ਉਪਰੰਤ ਕਿਹੜੀ ਚੀਜ਼ ਉੱਪਰ ਹੁੰਦੀ ਹੈ ਹਾਡਾ ਆਂਸਰ ਹੈ ਖਾਕ ਜਾਂ ਮਿੱਟੀ ਠੀਕ ਹੈ ਅੱਗੇ ਗਿਆ ਫਰੀਦਾ ਇਹ ਵਿਸ਼ ਗੰਦਲ ਤਰਿਆ ਖੰਡ ਲਿਵਾੜ ਤੇ ਸਲੋਕ ਵਿੱਚ ਸੇਖ ਫਰੀਦ ਜੀ ਨੇ ਵਿਸ਼ ਗੰਦਲਾਂ ਕਿਸ ਨੂੰ ਕਿਹਾ ਹੈ ਹਾ ਡਾਂਸ ਰਹਾ ਸੰਸਾਰਿਕ ਪਦਾਰਥਾਂ ਨੂੰ ਨੈਸਟ ਹੈ ਸੇਖ ਫਰੀਦ ਜੀ ਕਪਾ ਤਿਲ ਕਮਾਦ ਕਾਗਜ਼ ਅਤੇ ਮਿੱਟੀ ਦੀ ਹਾਂਡੀ ਦੀ ਹਾਲਤ ਦੱਸ ਕੇ ਕਿਹੜੇ ਕੰਮਾਂ ਤੋਂ ਸੁਚੇਤ ਕਰਦੇ ਹਾਂ ਹਾ ਡਾਂਸ ਰਹਾ ਮੰਦੇ ਅੰਬਲਾਂ ਅੰਬਲਾਂ ਤੋਂ ਮਤਲਬ ਉਹਦਾ ਕੰਮਾਂ ਤੋਂ ਮਤਲਬ ਬੁਰੇ ਕਰਮ ਜਿਹੜੇ ਕਰਨੇ ਨੇ ਬੁਰੇ ਕੰਮ ਜਿਹੜੇ ਕਰਨੇ ਨੇ ਉਹਨਾਂ ਤੋਂ ਹਡ ਅਨਸਰ ਹੈ ਮੰਦੇ ਅੰਬਲਾ ਤੋਂ ਨੈਕਸਟ ਹੈ ਕਹਿੰਦੇ ਫਰੀਦਾ ਕਿਥੇ ਥੇਡੇ ਮਾਪਿਆਂ ਜਿੰਤੂ ਜਨਹਿ ਸਲੋਕ ਦਾ ਸਬੰਧ ਡੈਸ਼ ਨਾਲ ਹੈ ਕਿਹਦੇ ਨਾਲ ਹੈ ਸੰਸਾਰਿਕ ਨਾਸ਼ਮਾਨਤਾ ਨਾਲ ਨੈਤਿਕ ਕਦਰਾਂ ਕੀਮਤਾਂ ਨਾਲ ਪ੍ਰਭੂ ਪ੍ਰੇਮ ਨਾਲ ਜਾਂ ਸੱਚੀ ਭਗਤੀ ਨਾਲ ਤੁਹਾਡਾ ਅਨਸਰ ਹੈ ਸੰਸਾਰਿਕ ਨਾਸ਼ਮਾਨਤਾ ਨਾਲ ਕਹਿਣ ਦਾ ਭਾਵ ਕਿ ਜੋ ਵੀ ਸੰਸਾਰ ਵਿੱਚ ਹੈਗਾ ਵਾ ਉਹ ਨਾਸ਼ਵਾਨ ਹੈ ਠੀਕ ਹੈ ਤੇ ਅੱਗੇ ਗਾਇ ਸ਼ੇਖ ਫਰੀਦ ਜੀ ਅਨੁਸਾਰ ਸਰੀਰ ਨੂੰ ਨਿਰੋਗ ਰੱਖਣ ਲਈ ਕਿਹੜਾ ਗੁਣ ਧਾਰਨ ਕਰਨਾ ਚਾਹੀਦਾ ਹੈ ਕੁਐਸਚਨ ਫੇਰ ਰਿਪੀਟ ਕਰਦੀ ਆ ਸ਼ੇਖ ਫਰੀਦ ਜੀ ਅਨੁਸਾਰ ਸਰੀਰ ਨੂੰ ਨਿਰੋਗ ਰੱਖਣ ਲਈ ਕਿਹੜਾ ਗੁਣ ਧਾਰਨ ਕਰਨਾ ਚਾਹੀਦਾ ਹੈ ਹਾ ਅਨਸਰ ਹੈ ਗੁੱਸਾ ਮਨ ਵਿੱਚ ਨਾ ਰੱਖੰਦਾ ਗੁਣ ਠੀਕ ਹੈ ਨੈਕਸਟ ਹੈ ਸੇਖ ਫਰੀਦ ਜੀ ਫਰੀਦਾ ਦਰ ਦਰਵੇਸ਼ ਦਰ ਦਰ ਵਾਜੇ ਜਾ ਕੇ ਕੈਂ ਕਿਉ ਡਿਠੇ ਕੜਿਆਲ ਸ਼ਲੋਕ ਵਿੱਚ ਕੜਿਆਲ ਦੀ ਉਦਾਹਰਣ ਦੇ ਕੇ ਕਿਹੜੀ ਗੱਲ ਤੋਂ ਸੁਚੇਤ ਕਰਦੇ ਹਨ ਹਡਾਂਸ ਰਹਾ ਗੁਨਾਹਾਂ ਕਰਨ ਤੋਂ ਅੱਗੇ ਹੈ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਆਗਮ ਉੱਚੇ ਚੜ ਕੇ ਤੋਂ ਕੀ ਭਾਵ ਹੈ ਹਾਡਾ ਮਤਲਬ ਜੇ ਇਹ ਜਿਹੜਾ ਸ਼ਬਦ ਹੈ ਇਹ ਤੋਂ ਕੀ ਭਾਵ ਹੈ ਉੱਚੇ ਮਤਲਬ ਥਾਂ ਉੱਤੇ ਚੜ ਕੇ ਜਾਂ ਆਪਣੇ ਦੁੱਖ ਤੋਂ ਉਚੇਰੇ ਉੱਠ ਕੇ ਜਾਂ ਕੋਠੇ ਤੇ ਚੜ ਕੇ ਹਾਡਾ ਅੰਸਰ ਹੈ ਆਪਣੇ ਦੁੱਖ ਤੋਂ ਉਚੇਰੇ ਉੱਠ ਕੇ ਕਹਿੰਦਾ ਭਾਵ ਹੈ ਕਿ ਜਦੋਂ ਅਸੀਂ ਆਪਣਾ ਦੁੱਖ ਭੁੱਲ ਜਾਂਦੇ ਆ ਤਾਂ ਕਿਸੇ ਦਾ ਦੁੱਖ ਵੇਖਦੇ ਆ ਤੇ ਉਦੋਂ ਅਸੀਂ ਸੋਚਦੇ ਆ ਨਹੀਂ ਕਿ ਹਾਡਾ ਦੁੱਖ ਬਹੁਤ ਮਤਲਬ ਛੋਟਾ ਹੈ ਤੇ ਜਿਹੜਾ ਦੂਜੇ ਦਾ ਦੁੱਖ ਸੁਣਦੇ ਆ ਉਹਦਾ ਦੁੱਖ ਵੱਡਾ ਹੈ ਇਦਾ ਮਤਲਬ ਇਹ ਹੈ ਕਿ ਉੱਚੇ ਚੜ ਕੇ ਦੇਖਿਆ ਤਾਂ ਘਰ-ਘਰ ਇਹੋ ਜਿਹਾ ਹੈ ਮਤਲਬ ਹਰ ਘਰ ਦੇ ਵਿੱਚ ਕਲੇਸ਼ ਹੁੰਦਾ ਹਰ ਘਰ ਦੁਖੀ ਹੈ ਹਰ ਘਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ ਠੀਕ ਹੈ ਨੈਕਸਟ ਹਡ ਆ ਜਾਂਦਾ ਪਾਰਟ 2 ਵਜੀਦ ਜੀ ਦੇ ਸ਼ਲੋਕ ਤੇ ਉਹਦਾ ਪਹਿਲਾ ਕੁਐਸਚਨ ਹੈ ਵਸਤੂ ਨਿਸ ਚੋਰਾ ਦੇ ਘਰ ਜੂ ਮਾਨਸ ਕਾਈ ਦੇ ਤੁਕ ਕਿਸ ਸੁਫੀ ਸ਼ਾਇਰ ਦੀ ਰਚਨਾ ਹੈ ਹਡ ਆਨਸਰ ਹੈ ਵਜੀਦ ਜੀ ਦੀ ਅਗੇ ਵਜੀਦ ਜੀ ਅਨੁਸਾਰ ਨਿਮ ਕਿਸ ਚੀਜ਼ ਵਿੱਚ ਸੱਜਣ ਦੇ ਬਾਵਜੂਦ ਵੀ ਮਿੱਠੀ ਨਹੀਂ ਹੁੰਦੀ ਸਾਡਾ ਸ ਹੈ ਗੁੜ ਅਤੇ ਘਿਓ ਦੇ ਵਿੱਚ ਨੈਕਸਟ ਹੈ ਇੱਕ ਨਾਂ ਦੇ ਪੱਲੇ ਧਨ ਸਾ ਸਦਾਈ ਦੇ ਸੁਦਾਈਏ ਸੋਰੀ ਸੁਦਾਈ ਦੀਏ ਸਲੋਕ ਵਿੱਚ ਜਿਗਰ ਹੈ ਮਾਲਕ ਨੌਕਰ ਦਾ ਅਮੀਰ ਗਰੀਬ ਦਾ ਦੁੱਖ ਸੁੱਖ ਦਾ ਜਾਂ ਖੁਸ਼ੀ ਗਮੀ ਦਾ ਤੇ ਇਹਦੇ ਵਿੱਚ ਬੇਟਾ ਹੱਡਾ ਹੈਗਾ ਅਮੀਰ ਗਰੀਬ ਕਿਉਂਕਿ ਇਹਦੇ ਵਿੱਚ ਕੰਪੈਰੀਸ਼ਨ ਕੀਤਾ ਗਿਆ ਵੈ ਅਮੀਰ ਤੇ ਗਰੀਬ ਦਾ ਕਿ ਇੱਕ ਦੇ ਘਰ ਬਹੁਤ ਕੁਸ਼ ਹੈ ਤੇ ਦੂਜੇ ਘਰ ਦੇ ਕੁਸ਼ ਵੀ ਨਹੀਂ ਹੈ ਠੀਕ ਹੈ ਇਹੋ ਜਿਹਾ ਕਿ ਪਰਮਾਤਮਾ ਦੀ ਮਰਜ਼ੀ ਹੈ ਕਿ ਕਿੰਨੂੰ ਕੀ ਦਿੰਦਾ ਹੈ ਕਈਆਂ ਨੂੰ ਬਹੁਤ ਜ਼ਿਆਦਾ ਦਿਹੜਦਾ ਤੇ ਕਈਆਂ ਨੂੰ ਕੁਝ ਵੀ ਨਹੀਂ ਦਿੰਦਾ ਅੱਗੇਗਾ ਪ੍ਰਸ਼ਨ ਵਜੀਦ ਜੀ ਨੇ ਆਪਣੇ ਸ਼ਲੋਕ ਵਿੱਚ ਸਾਹਿਬ ਨੂੰ ਕਿਸ ਨੂੰ ਆਖਿਆ ਹੈ ਮਤਲਬ ਵਜੀਦ ਜੀ ਨੇ ਆਪਣੇ ਸ਼ਲੋਕ ਵਿੱਚ ਸਾਹਿਬ ਕਿਸ ਨੂੰ ਆਖਿਆ ਹੈ ਸਾਡਾ ਆਨਸਰ ਹੈ ਰੱਬ ਨੂੰ ਨੈਕਸਟ ਹੈ ਵਜੀਦ ਜੀ ਨਾ ਕਰ ਖੁਦੀ ਗੁਮਾਨ ਜਵਾਨ ਮਰ ਜਾਏਗਾ ਸ਼ਲੋਕ ਵਿੱਚ ਜਵਾਨ ਨੂੰ ਕੀ ਸੁਨੇਹਾ ਦਿੱਤਾ ਦਿੰਦੇ ਹਨ ਤੁਹਾਡਾ ਅਸਰ ਹੈ ਖੁਦੀ ਗੁਮਾਨ ਦੇ ਤਿਆਗ ਦਾ ਮਤਲਬ ਹੈ ਖੁਦੀ ਗੁਮਾਨ ਦਾ ਆਪਣੇ ਆਪ ਉੱਪਰ ਘਮੰਡ ਕਰਨ ਦੀ ਭਾਵਨਾ ਦਾ ਤਿਆਗ ਕਰਨਾ ਠੀਕ ਹੈ ਇਸ ਨੇ ਸੁਨੇਹਾ ਦਿੱਤਾ ਕਿ ਉਹਨੂੰ ਆਪਣੇ ਆਪ ਤੇ ਗੁਮੰਡ ਨਹੀਂ ਕਰਨਾ ਚਾਹੀਦਾ ਨੈਕਸਟ ਹੈ ਮੂਰਖ ਨੂੰ ਅਸਵਾਰੀ ਹਾਥੀ ਕੋੜਿਆ ਸੋ ਲੋਕ ਵਿੱਚ ਵਜੀਦ ਜੀ ਨੇ ਕਿਸ ਬਾਰੇ ਵਿਅੰਗ ਕੀਤਾ ਹੈ ਅਮੀਰ ਗਰੀਬੀ ਬਾਰੇ ਜਾਂ ਸਮਾਜਿਕ ਅਨਿਆਏ ਬਾਰੇ ਤੁਹਾਡਾ ਆਨਸਰ ਹੈ ਅਮੀਰੀ ਗਰੀਬੀ ਬਾਰੇ ਠੀਕ ਹੈ ਨੈਕਸਟ ਹੈ ਮਾਇਆ ਰਸ ਲਗ ਭੂਲੇ ਮੋਤ ਨਹੀਂ ਸੂਜੀ ਸ਼ਲੋਕ ਵਿੱਚ ਵਜੀਦ ਜੀ ਮਨੁੱਖ ਨੂੰ ਕਿਸ ਦਾ ਨਾਹਿਰ ਦੇ ਵਿੱਚ ਲਿਆਉਣ ਲਈ ਕਹਿੰਦੇ ਹਨ ਤੁਹਾਡਾ ਆਨਸਰ ਹੈ ਪਰਮਾਤਮਾ ਦਾ ਨੈਕਸਟ ਹੈਡਾ ਜਿਹੜਾ ਪਾਠ ਨੰਬਰ 3 ਐ ਸਾਹ ਜੀ ਸਾਹ ਹੁਸੈਨ ਜੀ ਦਾ ਤੇ ਇਹਦੇ ਵਿੱਚ ਸਾਡਾ ਵਸਤੂ ਨਿਸ਼ਟ ਕੁਐਸਚਨ ਹੈ ਕਹਿੰਦੇ ਇੱਥੇ ਰਹਿਣਾ ਨਹੀਂ ਕਿਹੜੇ ਸੂਫੀ ਕਵੀ ਦੀ ਰਚਨਾ ਹੈ ਸਾਡਾ ਆਨਸਰ ਹੈ ਸਾਹ ਹੁਸੈਨ ਜੀ ਦੀ ਨੈਕਸਟ ਹੈ ਕੈਂ ਬਾਗ ਦੀ ਮੂਲੀ ਬਾਗੇ ਦੀ ਮੂਲੀ ហេਟ ਲਿਖੇ Sufi ਕਵੀਆਂ ਵਿੱਚੋਂ ਕਿਹੜੇ ਕਵੀ ਦੀ ਰਚਨਾ ਹੈ ਬੁੱਲੇ ਸਾਹਿਬ ਦੀ ਰਚਨਾ ਹੈ ਸਾਹ ਹਸੈਨ ਦੀ ਜਾਂ ਗੁਲਾਮ ਫਰੀਦ ਦੀ ਹਾ ਅਨਸਰ ਹੈ ਸਾਹ ਹਸੈਨ ਦੇ ਕਈ ਵਾਰ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਬੇਟਾ ਕਿ ਇਹ ਕਿਹੜੇ ਕਵੀ ਦੀ ਰਚਨਾ ਹੈ ਇਸ ਕਰਕੇ ਤੁਸੀਂ ਬੜੇ ਧਿਆਨ ਨਾਲ ਜਿੰਨਾ ਵੀ ਪੜਾਇਆ ਜਾਂਦਾ ਨਾ ਤੁਹਾਨੂੰ ਤੇ ਉਹ ਤੁਸੀਂ ਧਿਆਨ ਨਾਲ ਵੇਖਣਾ ਵਾ ਠੀਕ ਹੈ ਬੇਟਾ ਅੱਗੇ ਗਾ ਰੱਬਾ ਮੇਰੇ ਆਉਗਣ ਚਿਤਨਾ ਤਰੀ ਕਾਫੀ ਵਿੱਚ ਕਿਸ ਵੱਲੂ ਪਰਮਾਤਮਾ ਨੂੰ ਸਬੋਧਿਤ ਕੀਤਾ ਗਿਆ ਹੈ ਜੀਵਾਤਮਾ ਵੱਲੂ ਸੰਕਤਾ ਵੱਲੂ ਜਾਂ ਕੀਰਾ ਵੱਲੂ ਜਾਂ ਗੁਰੂਆਂ ਵੱਲੂ ਤੁਹਾਡਾ ਆਨਸਰ ਹੈ ਜੀਵਾਤਮਾ ਵੱਲੂ ਮਨੁੱਖ ਕਹਿੰਦਾ ਨਾ ਕਿ ਰੱਬਾ ਮੈਨੂੰ ਮਾਣੀ ਆ ਤੇ ਮੇਰੇ ਜਿਹੜੇ ਆਵਗੁਣੇ ਮੇਰੀਆਂ ਬੁਰਾਈਆਂ ਉਹਨਾਂ ਵੱਲ ਮੰਨਣਾ ਮਤਲਬ ਆਪਣਾ ਧਿਆਨ ਨਾ ਦੇ ਤੇ ਮੇਰੇ ਤੇ ਕਿਰਪਾ ਦਾ ਦਰਹਿਮ ਭਰਿਆ ਹੱਥ ਰੱਖ ਠੀਕ ਹੈ ਤੇ ਸਾਡੀ ਜੀਵਾਤਮਾ ਵੱਲੂ ਕੀਤੀ ਗਈ ਹੈ ਠੀਕ ਹੈ ਪਰਮਾਤਮਾ ਨੂੰ ਸੰਬੋਧਿਤ ਅੱਗੇ ਗਿਆ ਕਹਿੰਦੇ ਇੱਕ ਮੁਸ਼ਕਲ ਘਾਟ ਫਕੀਰੀ ਦਾ ਵਿਚ ਘਾਟ ਸ਼ਬਦ ਦਾ ਕੀ ਅਰਥ ਹੈ ਘਾਟ ਦਾ ਹੁੰਦਾ ਹੈ ਮਾਰਗ ਠੀਕ ਹੈ ਰਾਹ ਵੀ ਕਹਿ ਸਕਦੇ ਹੋ ਤੁਸੀਂ ਰਸਤਾ ਵੀ ਕਹਿ ਸਕਦੇ ਹੋ ਨੈਸਟ ਹੈ ਮੁਸ਼ਕਲ ਘਾਟ ਫਕੀਰੀ ਦਾ ਕਾਫੀ ਵਿੱਚ ਛੋੜ تکਬਰੀ ਪਕੜੀ ਹਲੀਮੀ ਤੋਂ ਕੀ ਭਾਵ ਹੈ ਹੰਕਾਰ ਛੱਡ ਕੇ ਨਿਰਮਾਨਤਾ ਬਣਾਉਣਾ ਨਦਾਨੀ ਛੱਡ ਕੇ ਸਚਾਈ ਬਣਾਉਣਾ ਔਗੁਣ ਛੱਡ ਕੇ ਗੁਣ ਅਪਣਾਉਣਾ ਝੂਠ ਨੂੰ ਛੱਡ ਕੇ ਸੱਚ ਨੂੰ ਅਪਣਾਉਣਾ ਤੇ ਤੁਹਾਡਾ ਆਨਸਰ ਕੀ ਹੋਏਗਾ ਹੰਕਾਰ ਨੂੰ ਛੱਡ ਕੇ ਨਿਮਰਤਾ ਅਪਣਾਉਣੀ ਠੀਕ ਹੈ ਆਪਣੇ ਵਿੱਚ ਉਹ ਹੰਕਾਰ ਪੂਰੀ ਤਰ੍ਹਾਂ ਖਤਮ ਕਰਕੇ ਤੇ ਹਲੀਮੀ ਦਾ ਜਿਹੜਾ ਨਿਮਰਤਾ ਦਾ ਗੁਣ ਅਪਣਾਉਣਾ ਠੀਕ ਹੈ ਬੇਟਾ ਅੱਗੇ ਗਿਆ ਕੈ ਬਾਗ ਦੀ ਮੂਲੀ ਕਾਫੀ ਵਿੱਚੋਂ ਸਾਹ ਹਸੈਨ ਨੇ ਮਨੁੱਖ ਦੀ ਤੁਲਨਾ ਕਿਸ ਨਾਲ ਕੀਤੀ ਹੈ ਤੁਹਾਡਾ ਆਨਸਰ ਹੈ ਗੰਦਲੀ ਮਤਲਬ ਇੱਕ ਨਿੱਕੀ ਜਈ ਖੁਸ਼ਬੂਦਾਰ ਬੂਟੀ ਦੇ ਨਾਲ ਠੀਕ ਹੈ ਅਗੇਗਾ ਨਿਮਾਣਿਆਂ ਦੀ ਰੱਬਾ ਰੱਬ ਹੋਈ ਰੱਬਾ ਰੱਬਾ ਹੋਈ ਕਾਫੀ ਵਿੱਚ ਰੱਬਾ ਰੱਬਾ ਹੋਈ ਤੋਂ ਕੀ ਪਾਵ ਹੈ ਤੋਬਾ ਹੋਣੀ ਜਾਂ ਜਾ ਜਾਕਾਰ ਹੋਣੀ ਤੁਹਾਡਾ ਆਂਸਰ ਹੈ ਤੋਬਾ ਹੋਈ ਨੈਕਸਟ ਹੈ ਪਾਵੇਗਾ ਦਿਦਾਰ ਸਾਹਿਬ ਦਾ ਕਾਫੀ ਦੀ ਅਗਲੀ ਸਤਰ ਜਿਹੜੀ ਹੈ ਪੂਰੀ ਕਰਨਾ ਮਤਲਬ ਅਗਲੀ ਲਾਈਨ ਜਿਹੜੀ ਪੂਰੀ ਕਰਨੀ ਹੈ ਜਿਵੇਂ ਸਾਡਾ ਹੈਗਾ ਪਾਵੇਗਾ ਦਿਦਾਰ ਸਾਹਿਬ ਦਾ ਫਕੀਰਾ ਹੋਰ ਵੀ ਡੈਸ਼ ਹੋਈ ਇਥੇ ਆਨਸਰ ਆਏਗਾ ਨੀਵਾ ਹੋਈ ਜੇ ਫਕੀਰ ਹੋਰ ਵੀ ਨੀਵਾ ਹੋਏਗਾ ਤਾਂ ਫਿਰ ਪ੍ਰਭੂ ਦਾ ਦਰਸ਼ਨ ਪਾ ਸਕਦਾ ਹੈ ਠੀਕ ਹੈ ਨੈਕਸਟ ਹੈ ਪਾਵੇਗਾ ਦਿਦਾ ਪਾਵੇਗਾ دیدار ਸਾਹਿਬ ਦਾ ਕਾਫੀ ਵਿੱਚ ਸਾਹ ਹੁਸੈਨ ਨੇ ਮੀਨੀ ਢੱਗੀ ਕਿਸ ਨੂੰ ਕਿਹਾ ਹੈ ਤੁਹਾਡਾ ਆਨਸਰ ਹੈ ਪਰਮਾਤਮਾ ਦੇ ਨਾਮ ਨੂੰ ਉਹਦੇ ਵਿੱਚ ਲਿਖਿਆ ਹੈ ਨਾ ਕਾਫੀ ਵਿੱਚ ਕਿ ਪਰਮਾਤਮਾ ਦਾ ਨਾਮ ਜਿਹੜਾ ਤੁਸੀਂ ਅੰਦਰ ਬੈ ਕੇ ਮੀਨੀ ਢੱਗੀ ਦੇ ਬਾਗ ਤੁਸੀਂ ਨਾਮ ਜਪੋ ਠੀਕ ਹੈ ਇਸ ਤਰ੍ਹਾਂ ਬੇਟਾ ਸਾਡਾ ਜਿਹੜੇ ਵਿਸ਼ਤੁਨਿਸ਼ਟ ਕੁਐਸਚਨ ਹੈ ਤਿੰਨਾਂ ਲਸਨਾਂ ਦੇ ਹੀ ਕਰ ਲੈਨੇ ਤੇ ਜਿਹੜੇ ਉਹ ਕੀਤੇ ਨੇ ਜਿਹੜੇ ਬੁੱਕ ਦੇ ਵਿੱਚ ਹੈਗੇ ਨੇ ਤੇ ਕਿਉਂਕਿ ਗਾਈਡ ਦੇ ਵਿੱਚ ਬਹੁਤ ਜ਼ਿਆਦਾ ਦਿੱਤੇ ਨੇ ਬਟ ਅਸੀਂ ਬੁੱਕ ਵਾਲਾ ਕਰਨਾ ਤੇ ਇੱਕ ਜਿਹੜਾ ਪ੍ਰਸੰਗ ਸਤ ਵਿਆਖਿਆ ਵਿੱਚ ਅਸੀਂ ਕਰਦੇ ਆ ਜਿੰਨੀ ਵੀ ਡਿਟੇਲ ਦੇ ਨੇ ਉਹ ਵੀ ਤੁਸੀਂ ਧਿਆਨ ਨਾਲ ਪੜ੍ਹ ਲੈਣਾ ਕਿਉਂਕਿ ਉਹਦੇ ਵਿੱਚੋਂ ਵੀ ਕਦੇ-ਕਦੇ ਜਿਹੜਾ ਪੇਪਰਾਂ ਵਿੱਚ ਕੋਈ ਵੀ ਕੁਐਸਚਨ ਜਿਹੜਾ ਪੁੱਟ ਕਰ ਸਕਦੇ ਨੇ ਠੀਕ ਹੈ ਤੇ ਇਸ ਕਰਕੇ ਤੁਸੀਂ ਉਹਨਾਂ ਦੋਨਾਂ ਚੀਜ਼ਾਂ ਨੂੰ ਤੇ ਇਨ੍ਹਾਂ ਕਵਸਨਾਂ 'ਤੇ ਧਿਆਨ ਨਾਲ ਪੜੋ ਤੇ ਨੈਕਸਟ ਵੀਡੀਓ 'ਚ ਮਿਲਦੇ ਹਾਂ ਠੀਕ ਹੈ